ਜਿਸ ਦਾ ਜਿਸ ਨਾਲ ਪਿਆਰ ਹੁੰਦਾ ਨਾ, ਉਹਦੇ ਦਰਸ਼ਨਾਂ ਨੂੰ ਲੋਚਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਆਪਣੇ ਗੁਰੂ ਜੀ ਦੇ ਦਰਸ਼ਨਾਂ ਨੂੰ, ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਭਾਈ ਹੇਮਾ ਕੱਖਾਂ ਦੀ ਕੁੱਲੀ ਵਿੱਚ ਬੈਠਾ ਹੈ, ਗੁਰੂ ਦੇ ਦਰਸ਼ਨਾਂ ਨੂੰ ਲੋਚ ਰਿਹਾ ਹੈ। ਇੱਥੇ ਦੀਵਾਨ ਵਿੱਚ ਬੈਠੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਧੰਨ ਗੁਰੂ ਅਰਜਨ ਦੇਵ ਜੀ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਦੀਨ ਦੁਨੀਆਂ ਦੇ ਪਾਤਸ਼ਾਹ, ਤ੍ਰਿਲੋਕੀ ਕੇ ਮਾਲਿਕ, ਬਾਣੀ ਦੇ ਬੋਹਿਤ, ਸਰਵ ਜੀਆਂ ਦੀ ਪ੍ਰਿਤ ਪਾਲਣਾ ਕਰਨ ਵਾਲੇ, ਆਪਣੇ ਭਗਤਾਂ ਨੂੰ ਵਡਿਆਈ ਦੇਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀਵਾਨ ਵਿੱਚ ਬੈਠੇ। ਇੱਥੇ ਭਾਈ ਹੇਮਾ ਆਪਣੀ ਕੱਖਾਂ ਦੀ ਕੁੱਲੀ ਛੋਟੀ ਜਿਹੀ ਚੌਪੜੀ ਵਿੱਚ ਅੰਮ੍ਰਿਤ ਵੇਲੇ, ਜਿਸ ਦਾ ਨਿਤਨੇਮ ਹੈ ਉੱਠ ਕੇ ਇਸ਼ਨਾਨ ਕਰਕੇ ਗੁਰੂ ਗੁਰੂ ਜਪਦਾ ਸੀ, ਅੱਜ ਨਿਤਨੇਮ ਕੀਤਾ ਸਿਮਰਨ ਵਿੱਚ ਐਸਾ ਮਨ ਜੁੜ ਗਿਆ, ਇਹ ਧਿਆਨ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਗਿਆ। ਲੋਚਦਾ, ਦਰਸ਼ਨ ਮੰਗਦਾ। ਇੱਥੇ ਭਾਈ ਹੇਮਾ ਯਾਦ ਕਰ ਰਿਹਾ ਸਤਿਗੁਰੂ ਨੂੰ, ਇੱਥੇ ਦੀਵਾਨ ਵਿੱਚ ਬੈਠੇ ਗੁਰੂ ਅਰਜਨ ਦੇਵ ਮਹਾਰਾਜ, ਅਜੇ ਭੋਗ ਨਹੀਂ ਪਿਆ ਕੀਰਤਨ ਦਾ, ਆਪ ਸਿੰਘਾਸਨ ਤੋਂ ਉੱਠ ਖੜੋਤੇ, ਕਿਉਂਕਿ ਸਿੱਖ ਤੇ ਗੁਰੂ ਕੀ ਇਹ ਦੋ ਅੰਗੀ ਪ੍ਰੀਤ ਹੈ। ਮਹਾਰਾਜ ਜੀ ਬਚਨ ਕਰਦੇ ਸਨ, ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਪਾਣੀ ਦੀ ਪ੍ਰੀਤ ਮੱਛਲੀ ਨਾਲ ਕੋਈ ਨਹੀਂ, ਭਵਰੇ ਦੀ ਪ੍ਰੀਤ ਫੁੱਲ ਨਾਲ ਹੈ, ਫੁੱਲ ਕੀ ਪ੍ਰੀਤ ਭਵਰੇ ਸੇ ਕੋਈ ਨਹੀਂ, ਚਕੋਰ ਦੀ ਪ੍ਰੀਤ ਚੰਦ ਨਾਲ ਹੈ, ਚੰਦ ਦੀ ਪ੍ਰੀਤ ਚਕੋਰ ਨਾਲ ਨਹੀਂ। ਪਰ ਸਿੱਖ ਤੇ ਗੁਰੂ ਦੀ ਪ੍ਰੀਤ ਇਹ ਇੱਕ ਸਾਈਡ ਦੀ ਨਹੀਂ, ਇਹ ਦੋ ਸਾਈਡਾਂ ਦੀ ਦੋ ਅੰਗੀ ਪ੍ਰੀਤ ਹੈ। ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਨਿਤਨੇਮ ਕਰਕੇ ਪ੍ਰੇਮ ਵਿੱਚ ਕੋਈ ਜੇ ਗੁਰੂ ਨੂੰ ਯਾਦ ਕਰਦਾ, ਉਸ ਸਿੱਖ ਨੂੰ ਸਤਿਗੁਰੂ ਵੀ ਅੰਮ੍ਰਿਤ ਵੇਲੇ ਯਾਦ ਕਰਦੇ ਹਨ। ਅੱਜ ਭਾਈ ਹੇਮੇ ਦੀ ਬਿਰਤੀ ਜੁੜ ਗਈ ਨਿਤਨੇਮ ਸਿਮਰਨ ਵਿੱਚ, ਗੁਰੂ ਨੂੰ ਯਾਦ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਅੱਜ ਮੇਰਾ ਸਿੱਖ ਮੇਰੇ ਕੋਲ ਨਹੀਂ ਆਇਆ, ਚਲੋ ਅੱਜ ਮੈਂ ਹੀ ਉਹਦੇ ਕੋਲ ਚੱਲਦਾ। ਉੱਠੇ ਅੱਗੇ ਅੱਗੇ ਸਤਿਗੁਰੂ, ਮਗਰ ਮਗਰ ਸੰਗਤਾਂ, ਅਤੇ ਸਤਿਗੁਰੂ ਪਹੁੰਚੇ ਕਿੱਥੇ, ਭਾਈ ਹੇਮੇ ਦੀ ਕੱਖਾਂ ਦੀ ਕੁੱਲੀ ਦੇ ਬਾਹਰ ਖੜੋਤੇ, ਆਵਾਜ਼ ਦਿੰਦੇ ਨੇ, ਭਾਈ ਹੇਮਾ ਭਾਈ ਹੇਮਾ ਦਰਵਾਜ਼ਾ ਖੋਲ, ਜਿਹਨੂੰ ਯਾਦ ਕਰ ਰਹੇ ਹਾਂ ਅੰਦਰ ਬੈਠ ਕੇ, ਉਹ ਤੇਰੇ ਦਰਵਾਜ਼ੇ ਦੇ ਬਾਹਰ ਖੜਾ ਹੈ। ਮਿੱਠੀ ਆਵਾਜ਼ ਸੁਣੀ ਜਦੋਂ ਕੰਨਾਂ ਵਿੱਚ ਪਈ, ਮਿੱਠ ਬੋਲੜੇ ਸਤਿਗੁਰ ਦੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ,
ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਕਟ ਕਟ ਵਾਸੀ ਸਰਬ ਨਿਵਾਸੀ, ਨੇਰੇ ਹੀ ਤੇ ਨੇਰਾ। ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਜਿਸ ਦੇ ਬੋਲ ਅੰਮ੍ਰਿਤ ਤੋਂ ਵੀ ਮਿੱਠੇ, ਐਸਾ ਮੇਰਾ ਸਤਿਗੁਰੂ ਬਿਰਧ ਵੇਖੋ। ਜਿਸਦੇ ਦਰਵਾਜ਼ੇ 33 ਕਰੋੜ ਦੇਵੀ ਦੇਵਤੇ ਜੋਤਾਂ ਪਏ ਜਗਾਉਂਦੇ ਨੇ, ਉਹ ਪ੍ਰੇਮ ਦੇ ਵਸ ਆਇਆ। ਭਾਈ ਹੇਮੇ ਦੀ ਕੱਖਾਂ ਦੀ ਕੁੱਲੀ ਚੌਪੜੀ ਦੇ ਬਾਹਰ ਖੜੋਤਾ ਆਵਾਜ਼ ਦਿੰਦਾ, ਹੇਮਿਆਂ ਦਰਵਾਜ਼ਾ ਤਾਂ ਖੋਲ। ਉਸੇ ਤਰ੍ਹਾਂ ਜਿਸ ਤਰ੍ਹਾਂ ਰਾਮ ਜੀ ਆਵਾਜ਼ ਦਿੰਦੇ ਨੇ, ਪੀਲਣੀ ਦਰਵਾਜ਼ਾ ਤਾਂ ਖੋਲ। ਅੱਖ ਸ੍ਰੀ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਿੱਠੀ ਆਵਾਜ਼, ਮਧੁਰ ਆਵਾਜ਼ ਕੰਨਾਂ ਵਿੱਚ ਪਈ, ਹੇਮਾ ਰਹਿ ਨਾ ਸਕਿਆ, ਉੱਠਿਆ ਜਾਂ ਦਰਵਾਜ਼ਾ ਖੋਲਿਆ ਤਾਂ ਕੀ ਤੱਕਦਾ, ਸਾਹਮਣੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਖੜ੍ਹੇ ਹਨ। ਚੌਦਵੀਂ ਦਾ ਚੰਦਰਮਾ ਚੜ੍ਹੇ, ਚਰਨਾਂ 'ਤੇ ਸਿਰ ਰੱਖ ਦਿੱਤਾ। ਮੇਰੇ ਪਾਤਸ਼ਾਹ, ਜਿਨ੍ਹਾਂ ਰਾਹ ਤੋਂ ਚੱਲ ਕੇ ਆਇਆ ਮੈਂ, ਉਹਨਾਂ ਰਾਹ ਤੋਂ ਸਦਕੇ ਜਾਵਾਂ। ਅੰਦਰ ਲਿਆਇਆ, ਆਸਣ ਵਿਛਾਇਆ, ਮੇਰੇ ਸਤਿਗੁਰੂ ਨੂੰ ਉੱਪਰ ਬਿਠਾਇਆ ਤੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਾਲ ਜੋ ਸੰਗਤਾਂ ਆਈਆਂ ਉਹ ਬਾਹਰ ਬੈਠੀਆਂ, ਕਿਉਂਕਿ ਅੰਦਰ ਇਤਨੀ ਜਗ੍ਹਾ ਨਹੀਂ ਚੌਪੜੀ ਦੇ ਵਿੱਚ। ਤੇ ਸਤਿਗੁਰੂ ਨੇ ਉੱਥੇ ਸ਼ਬਦ ਉਚਾਰਿਆ, ਭਾਈ ਹੇਮਾ ਤੇਰੀ ਛਪੜੀ ਕਿਤਨੀ ਸੋਹਣੀ ਹੈ, ਆ ਤੇਰੀ ਝੋਪੜੀ ਕਿਤਨੀ ਸੁੰਦਰ ਹੈ। ਭਲੀ ਸੁਭਾਵੀ ਛਾਪਰੀ ਜਾਂ ਮੈਂ ਗੁਣ ਗਾਏ, ਉਹ ਛਪਰੀਆਂ ਸੋਹਣੀਆਂ, ਉਹ ਘਰ ਸੁੰਦਰ, ਜਿਨ੍ਹਾਂ ਘਰਾਂ ਵਿੱਚ ਬਹਿ ਕੇ ਕੋਈ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਕੇ ਗੁਣ ਗਾਉਂਦਾ ਹੈ। ਪਿਆਰ ਨਾਲ ਜਪੋ ਸ੍ਰੀ, ਤੇਰੀ ਛਪੜੀ ਦੇ ਕੱਖ ਕਿੱਡੇ ਸੋਹਣੇ। ਇਹ ਕੋਈ ਵਲੈਤੋਂ ਨਹੀਂ ਆਏ ਕੱਖ, ਪਰ ਇਹ ਕੱਖ ਕਿਉਂ ਸੋਹਣੇ ਹਨ, ਇਹ ਇਸ ਵਾਸਤੇ ਸੋਹਣੇ ਨੇ ਕਿ ਤੂੰ ਇਹਨਾਂ ਚੌਪੜੀ ਦੇ ਵਿੱਚ ਬਹਿ ਕੇ ਉਸ ਹਰੀ ਕੇ ਨਾਮ ਦਾ, ਉਸ ਪਰਮੇਸ਼ਰ ਦਾ ਕੀਰਤਨ ਕੀਤਾ ਹੈ। ਅੱਖ ਸ੍ਰੀ ਭਾਈ ਹੇਮਾ, ਮੰਗ ਤੈਨੂੰ ਕੀ ਦੇਈਏ, ਬਾਦਸ਼ਾਹ ਜਿੱਥੇ ਤੂੰ ਆਪ ਆ ਜਾਵੇਂ ਉੱਥੇ ਕੁਝ ਮੰਗਣਾ ਬਾਕੀ ਰਹਿ ਗਿਆ। ਤੇਰੇ ਦਰਸ਼ਨ ਹੋ ਗਏ, ਮੈਨੂੰ ਸਭ ਕੁਛ ਮਿਲ ਗਿਆ। ਨੇਤਰਾਂ ਦੇ ਜਲ ਨਾਲ ਭਾਈ ਹੇਮਾ ਸਤਿਗੁਰ ਦੇ ਚਰਨ ਧੋਈ ਜਾਂਦਾ ਤੇ ਪਾਤਸ਼ਾਹ ਦਾ ਸੋਹਣਾ ਮੇਰ ਭਰਿਆ ਹੱਥ ਭਾਈ ਹੇਮੇ ਦੇ ਸਿਰ ਦੇ ਉੱਤੇ ਹੈ। ਲੋਕ ਪਰਲੋਕ ਕਾ ਸੁੱਖ ਭਾਈ ਹੇਮੇ ਨੂੰ ਅੱਜ ਗੁਰੂ ਜੀ ਨੇ ਬਖਸ਼ ਦਿੱਤਾ। ਅੱਖ ਸ੍ਰੀ, ਜਿਸ ਸਿੱਖ ਨੂੰ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨਾਂ ਦੀ ਪਿਆਸ ਹੈ, ਸਤਿਗੁਰੂ ਕਹਿੰਦੇ ਨੇ ਮੈਂ ਉਸ ਸਿੱਖ ਤੋਂ ਬਲਿਹਾਰੇ ਸਦਕੇ ਜਾਂਦਾ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਮੇਰੇ ਪਾਤਸ਼ਾਹ ਨੇ ਭਾਈ ਹੇਮੇ ਨੂੰ ਉੱਥੇ ਕਈ ਵਰਦਾਨ ਦਿੱਤੇ। ਸੰਗਤਾਂ ਵੇਖ ਹੈਰਾਨ ਹੋਈਆਂ, ਮਹਿਲਾਂ ਨੂੰ ਛੱਡ ਕੇ ਪਾਤਸ਼ਾਹ ਛਪਰੀ ਵਿੱਚ ਆਏ ਬੈਠੇ ਹਨ। ਸਤਿਗੁਰੂ ਕਹਿਣ ਲੱਗੇ ਉਹ ਮਹਿਲ ਵੀ ਸੋਹਣੇ ਹਨ ਜਿਨ੍ਹਾਂ ਵਿੱਚ ਬਹਿ ਕੇ ਕੋਈ ਭਗਤੀ ਕਰਦਾ ਹੈ, ਨਾਮ ਜਪਦਾ। ਜੇ ਉਹਨਾਂ ਮਹਿਲਾਂ ਨੂੰ ਪ੍ਰਾਪਤ ਕਰਕੇ ਵਿੱਚ ਨਾਮ ਨਹੀਂ ਜਪਦਾ
ਤਾਂ ਉਹ ਫਿਰ ਮਹਿਲ ਇੱਕ ਦਿਨ ਸੁੰਝੇ ਹੋ ਜਾਂਦੇ ਨੇ। ਅੱਖ ਸ੍ਰੀ ਮੇਰੇ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਿਆ, ਪੱਲੀ ਸੁਭਾਵੀ ਸ਼ਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਤੌਲ ਹਰ ਜਿਤ ਹਰ ਵਿਸਰਾਏ। ਜਿੱਥੇ ਬਹਿ ਕੇ ਹਰੀ ਵਿਸਰ ਜਾਵੇ, ਉਹ ਤੌਲਰ ਪਾਵੇਂ ਮਹਿਲ ਖੋਵਨ, ਉਹ ਸੁੰਝੇ ਹਨ, ਪਰ ਜਿਸ ਛਪੜੀ ਵਿੱਚ ਬਹਿ ਕੇ ਕੋਈ ਹਰੀ ਕਾ ਨਾਮ ਜਪ ਲਵੇ, ਉਹ ਛਪਰੀਆਂ ਵੀ ਸੋਹਣੀਆਂ ਬਣ ਜਾਂਦੀਆਂ, ਉੱਥੇ ਵੀ ਇੱਕ ਦਿਨ ਮਹਿਲ ਖੜ੍ਹੇ ਹੋ ਜਾਂਦੇ ਨੇ। ਆਓ ਇੱਕ ਵਾਰੀ ਅਸੀਂ ਵੀ ਗੁਰੂ ਨੂੰ ਪਿਆਰ ਨਾਲ ਯਾਦ ਕਰੀਏ, ਕੋਈ ਰਸਨਾ ਖਾਲੀ ਨਾ ਰਵੇ ਜੀ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਸਾਰੇ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ। ਵਾਹਿਗੁਰੂ ਵਾਹਿਗੁਰੂ ਸਿਮਰੋ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਨਾ ਬਲਿਹਾਰੀ ਸਤਿਗੁਰ ਚਰਨਾ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਨਾ। ਤਨ ਸੁਵੇਲਾ ਜਿਤ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਨਾ।
ਜੋਣੀ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਣਾ ਦੀਨਾ ਨਾਨਕ
ਸਾਹਿਬ ਭਰਪੂਰ ਲੀਣਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਅੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਸਾਰੇ ਜਪ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਵਾਹੇ ਗੁਰੂ ਵਾਹੇ ਗੁਰੂ ਸਿਮਰੋ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਹੋ ਬਲਿਹਾਰੀ ਸਤਿਗੁਰ ਚਰਨ ਬਲਿਹਾਰੀ ਸਤਿਗੁਰ ਚਰਨਾਂ ਵਾਹਿਗੁਰੂ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਦਿੱਠੇ ਸਭ ਦੁੱਖ ਜਾਏ ਜਿਸ ਤੇਗ ਬਹਾਦਰ ਸਿਮਰੀਏ ਕਰਨੋ ਨਿਧਿਆਵੇ ਤਾਏ ਸਭ ਥਾਈ ਹੋਏ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਧਿਆਇਐ